बरनाला की कस्बा भदौड़ की राष्ट्रीय स्तर पर खेल चुकी बैडमिंटन खिलाड़ी मनजीत कौर, जो कि पिछले लंबे समय से किसी बीमारी से पीड़ित है, के लिए NRI महेंद्र सिंह भगवान के रूप में सामने आए हैं। अपने परिवार के साथ पुश्तैनी काम छज्जे बनाकर बेचने वाली मनजीत कौर परिवार के साथ ही झुग्गी झोंपड़ी में रह रही है। मनजीत कौर के साथ शादी करने के लिए कनेडा से आए एक NRI महेंद्र सिंह ने मानवता की मिसाल कायम की है। पिछले 7 जनवरी को भारत आए महेंद्र सिंह ने एक सादे समारोह में मनजीत कौर के साथ गुरुद्वारा साहिब में शादी कर डाली। वहीं NRI महेंद्र सिंह जब से इंडिया आए हैं, तब से मनजीत कौर के साथ उनकी झुग्गी झोंपड़ी में ही रह रहे हैं। उन्होंने एक अनोखी शादी की और NRI की सोशल मीडिया और आसपास के इलाकों में खूब चर्चा हो रही है और लोग NRI की तारीफ करते थक नहीं रहे। मैं नेशनल प्लेयर हूँ बैडमिंटन की, स्टडी तो बड़ी मुश्किल की थी, बहुत मतलब एक स्ट्रगल लाइफ रही है मेरी, बचपन तो लेके हूँ तक मेरी स्ट्रगल लाइफ ही रही है। असी 4 भैणा 2 भरा जी, तो पापा की मेरे 1998 के डैथ हो गई सी, भैन भरा ब्याहे हुए हैं, मैं तो मेरी मदर दोनों ही हैं। पढ़ाई बस बड़ी गरीबी सी जी, छोटी होंगी मैं पहला स्कूल ज्वाइन कर लिया सी, तो उदू बाद मैं गेम ज्वाइन कर ली सी। ਇੱਦਾਂ ਹੁੰਦੇ 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 ਘਰਦਿਆਂ ਨੇ ਮਜ਼ਦੂਰੀ ਕਰ ਕਰ ਪਹਿਲਾਂ ਮੈਨੂੰ ਮਤਲਬ ਮੇਰੀ ਹੈਲਪ ਕੀਤੀ, ਅਤੇ ਇੱਥੋਂ ਤੱਕ ਗੇਮ ਕਰਵਾਈ, ਪੜ੍ਹਾਈ ਕਰਵਾਈ। ਫਿਰ ਜਦੋਂ ਮੈਂ ਪਲੱਸ ਟੂ ਕਰ ਲਈ ਸੀ, ਉਦੋਂ ਬਾਅਦ ਮੈਂ ਆਰਟ ਐਂਡ ਕਰਾਫਟ ਦਾ ਕੋਰਸ ਕੀਤਾ। ਆਰਟ ਐਂਡ ਕਰਾਫਟ ਦੇ ਕੋਰਸ ਤੋਂ ਬਾਅਦ ਤਾਂ ਮੈਂ ਚਾਹੁੰਦੀ ਸੀ ਕਿ ਮੈਨੂੰ ਕੋਈ ਛੋਟੀ ਜਿਹੀ ਜੋਬ ਮਿਲ ਜਾਵੇ ਅਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਕਰ ਸਕਾਂ, ਪਰ ਗੇਮ ਮੇਰੀ ਨਾਲ ਨਾਲ ਚੱਲਦੀ ਸੀ। ਉਦੋਂ ਬਾਅਦ ਬਸ ਉਲਟ ਹੋਇਆ ਕਿ ਮੈਨੂੰ ਫਿਜੀਕਲ ਪ੍ਰੋਬਲਮ ਨੇ ਮਤਲਬ ਅਟੈਕ ਕਰਤਾ, ਮੇਰੇ ਜੁਆਇੰਟ ਔਰ ਮਸਲਸ ਦੀ ਪ੍ਰੋਬਲਮ ਹੋ ਗਈ ਸੀ, ਇੱਕਦਮ ਐਨਰਜੀ ਵੇਸਟ ਹੋਣ ਦੇ ਕਾਰਨ ਬਿਲਕੁਲ ਉਹ ਜਵਾਬ ਦੇ ਗਈ ਸੀ, ਲੱਤਾਂ ਬਾਹਾਂ ਖੜ ਗਈਆਂ ਸੀ ਔਰ ਮੈਂ ਬੜਾ ਮਤਲਬ ਸਫਰਿੰਗ ਡੇ ਮੇਰੀ ਸਟਾਰਟ ਹੋ ਗਈ ਸੀ। 2009 ਤੋਂ ਲੈ ਕੇ 2018 ਦੇ ਐਂਡ ਤੱਕ ਮੈਂ ਇਹ ਪ੍ਰੋਬਲਮ ਦਾ ਮਤਲਬ ਸਟਰਗਲ ਕੀਤਾ। ਜਦੋਂ ਮੈਂ ਆਰਟ ਐਂਡ ਕਰਾਫਟ ਕਰਨ ਤੋਂ ਬਾਅਦ ਜਦੋਂ ਪ੍ਰੋਬਲਮ ਦੇ ਵਿੱਚ ਆਈ ਹਾਂ, ਮੈਂ ਐਕਚੁਲੀ ਨਾ ਮੈਂ ਟ੍ਰਾਇਲ ਦਿੱਤੇ ਸੀ, ਟ੍ਰਾਇਲ ਦੇਣ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਸੀ। ਉਦੋਂ ਬਾਅਦ ਜਿਹੜੇ ਮੇਰੇ 2 ਦਿਨ ਬੁਖਾਰ ਚੜ੍ਹਨ ਤੋਂ ਬਾਅਦ ਮੈਨੂੰ ਇਹ ਪ੍ਰੋਬਲਮ ਨੇ ਲਪੇਟ 'ਚ ਲੈ ਲਿਆ, ਅਤੇ 3-4 ਦਿਨਾਂ ਦੇ ਵਿੱਚ ਹੀ ਮੈਂ ਜੁੜ ਗਈ ਸੀ, ਜਿਵੇਂ ਲੱਤਾਂ ਬਾਹਾਂ ਨਹੀਂ ਸੀ ਤੁਰਦੀਆਂ। ਅਤੇ ਉਦੋਂ ਬਾਅਦ ਫਿਰ ਮੈਂ ਇੱਦਾਂ ਹੀ ਆਪਣੀ ਪ੍ਰੋਬਲਮ ਦੇ ਨਾਲ ਨਾਲ ਇਹ ਸਟਰਗਲ ਕਰ ਰਹੀ ਸੀ, ਅਤੇ ਮੈਂ ਉਹਦੇ ਨਾਲ ਨਾਲ ਆਪਣੀ ਗ੍ਰੈਜੂਏਸ਼ਨ ਮੈਂ ਕੰਪਲੀਟ ਕੀਤੀ। ਮੈਂ ਨੈਸ਼ਨਲ ਲੈਵਲ ਤੱਕ ਖੇਡੀ ਹਾਂ ਗੇਮ, ਨਹੀਂ ਬਿਲਕੁਲ ਇੱਦਾਂ ਦਾ ਕੁਛ ਵੀ ਹੈ ਨਹੀਂ ਸੀ ਨਹੀਂ ਵੀ ਅੱਗੇ ਕੋਈ ਕਿਸੇ ਸਰਕਾਰ ਨੇ ਨਹੀਂ ਸੀ ਕੀਤੀ। ਸਕੂਲ ਵਾਲੇ ਮਾੜਾ ਮੋਟਾ ਜਿਵੇਂ ਵਜ਼ੀਫਾ ਲਾ ਦਿੰਦੇ, 200-400 ਉਵੇਂ ਲਾ ਦਿੰਦੇ ਸੀ, ਉਹ ਵੀ ਕਦੇ ਮਿਲਦਾ ਸੀ ਕਦੇ ਨਹੀਂ ਵੀ ਮਿਲਦਾ ਸੀ। ਅਤੇ ਉਹ ਇੱਦਾਂ ਬਸ ਘਰਦਿਆਂ ਨੇ ਜਿੱਦਾਂ ਜਿੰਨਾਂ ਕੁ ਘਰ ਦੇ ਕਰਨ ਜੋਗੇ ਉਹਨਾਂ ਨੇ ਮਜ਼ਦੂਰੀ ਕਰ ਕਰ ਮੈਨੂੰ ਇੱਥੋਂ ਤੱਕ ਲਿਆਂਦਾ ਸੀ। ਇਹ ਰਿਸ਼ਤਾ ਜੀ ਹੁਣ ਇਹ ਤਾਂ ਰੱਬ ਦੀ ਦੇਣ ਸਮਝੋ, ਜੋ ਪਰਮਾਤਮਾ ਨੇ ਸੰਯੋਗ ਲਿਖੇ ਸੀ ਉਹਦੀ ਦੇਣ ਸੀ। ਅਤੇ ਇਹਨਾਂ ਨੇ ਜਦੋਂ ਮੈਂ ਮੇਰੇ ਹਸਬੈਂਡ ਜੀ ਨੇ ਮੇਰੇ ਬਾਰੇ ਪੜ੍ਹਿਆ ਸੀ, ਜਦੋਂ ਮੈਂ ਬਹੁਤ ਜ਼ਿਆਦਾ ਬਿਮਾਰ ਸੀ, ਬਿਲਕੁਲ ਅਸਮਰਥ ਸੀ, ਕੁਛ ਵੀ ਨਹੀਂ ਕਰ ਸਕਦੀ, ਸਿਰਫ ਮੇਰੇ ਸਾਈਂ ਚੱਲਦੇ ਸੀ ਉਸ ਟਾਈਮ, ਅਤੇ ਬਿਲਕੁਲ ਮੇਰੀ ਬੋਡੀ ਡੈੱਡ ਹੋਈ ਵੀ ਸੀ। ਉਦੋਂ ਮੇਰੇ ਨਾ ਇੱਦਾਂ ਮੀਡੀਆ ਦੇ ਵਿੱਚ ਆਏ ਸੀ, ਨਿਊਜ਼ ਆਈਆਂ ਸੀ, ਤਾਂ ਉੱਥੇ ਕਨੇਡਾ ਦੇ ਵਿੱਚ ਇੱਕ ਅਖਬਾਰ ਛਾਪਦਾ ਗਾਰਡੀਅਨ, ਉਹਦੇ ਤੋਂ ਨਿਊਜ਼ ਪੜ੍ਹੀ ਸੀ ਇਹਨਾਂ, ਨਿਊਜ਼ ਪੜ੍ਹ ਕੇ ਨਾ ਅਤੇ ਫਿਰ ਇਹਨਾਂ ਕੋਲ ਕੰਟੈਕਟ ਨੰਬਰ ਤਾਂ ਮੇਰਾ ਉਹਦੇ ਉੱਤੇ ਨਹੀਂ ਸੀ, ਪਰ ਟਿਪਾਲੀ ਤੋਂ ਇਹਨਾਂ ਦੇ ਕਜ਼ਨ ਆ, ਕਜ਼ਨ ਨੂੰ ਭੇਜ ਕੇ ਫਿਰ ਮੇਰਾ ਕੰਟੈਕਟ ਨੰਬਰ ਲਿਆ ਸੀ। ਇਹ ਯਕੀਨ ਕਰਨਾ ਤਾਂ ਜੀ ਮੁਸ਼ਕਲ ਸੀ, ਕਿਉਂਕਿ ਸਾਡੇ ਵਰਗੀਆਂ ਜਿਹੜੀਆਂ ਹੁਣ ਕਾਸਟਾਂ ਦੱਬੀਆਂ ਕੁਚਲੀਆਂ ਕਾਸਟਾਂ, ਉਹਨਾਂ ਨੂੰ ਕੋਈ ਇੱਦਾਂ ਠਾਉਣ ਦਾ ਤਾਂ ਪਹਿਲੀ ਵਾਰ ਇਹ ਇੱਕ ਇਨਸਾਨ ਹੋਇਆ ਜਿਨ੍ਹਾਂ ਨੇ ਇਹ ਸੋਚਿਆ ਨਹੀਂ, ਕੋਈ ਨਹੀਂ ਸੋਚਦਾ। ਅਤੇ ਜਦੋਂ ਇਹਨਾਂ ਨੇ ਗੱਲ ਕੀਤੀ ਤਾਂ ਬੜਾ ਅਜੀਬ ਜਿਹਾ ਲੱਗਿਆ ਵੀ ਹੋ ਸਕਦਾ ਵੀ ਨਹੀਂ ਇਹ ਨਹੀਂ ਹੋ ਸਕਦਾ, ਅਤੇ ਮੈਨੂੰ ਡਰ ਸੀ ਵੀ ਪਤਾ ਨਹੀਂ ਜਾਣ ਕੇ ਮਤਲਬ ਉਹੀ ਗੱਲਾਂ ਕਰਦੇ ਆ, ਕਈ ਵਾਰ ਇੱਦਾਂ ਲੱਗਿਆ ਵੀ ਸ਼ਾਇਦ ਨਹੀਂ। ਅਤੇ ਪਰ ਜਦੋਂ 2-4 ਦਿਨ ਇੱਦਾਂ ਗੱਲ ਚੱਲਦੀ ਤਾਂ ਉਹਨਾਂ ਨੇ ਪਹਿਲਾਂ ਤਾਂ ਇੱਦਾਂ ਹੀ ਕਿਹਾ ਸੀ ਵੀ ਜੇ ਤੁਹਾਡੀ ਮੈਰਿਜ ਹੋ ਜਾਵੇ ਅਸੀਂ ਪੈਸੇ, ਕਹਿੰਦੇ ਪੈਸੇ ਵੀ ਇਹਨਾਂ ਨੇ ਹੈਲਪ ਵੀ ਕੀਤੀ ਹੈ ਪੈਸੇ ਦੀ, ਬਟ ਕਹਿੰਦੇ ਜੇ ਹੁਣ ਹੋਰ ਵੀ ਪੈਸੇ ਮੈਂ ਭੇਜਣਾ ਤਾਂ ਤੁਹਾਨੂੰ ਭੇਜ ਸਕਦਾ, ਪਰ ਜੇ ਤੁਹਾਡੀ ਹੈਲਪ ਐਂ ਹੋ ਜਾਵੇ, ਤੁਹਾਨੂੰ ਹਮਸਫ਼ਰ ਮਿਲ ਜੇ ਵੀ ਤੁਹਾਡਾ ਸਾਥੀ ਹੋਵੇ ਜਿਹੜਾ ਤੁਹਾਡਾ ਮਤਲਬ ਸਦਾ ਲਈ ਤੁਹਾਡੀ ਹੈਲਪ ਬਣ ਕੇ ਰਹੇ। ਅਤੇ ਉਦੋਂ ਫਿਰ ਮੈਨੂੰ ਆਏ ਸੀ ਵੀ ਪਤਾ ਨਹੀਂ, ਮੈਂ ਕਿਹਾ ਜੀ ਹੋ ਨਹੀਂ ਸਕਦਾ ਵੀ ਸਾਡੀ ਤਾਂ ਕਾਸਟ ਅੱਜ ਘਾੜੇ ਆ, ਹੈ ਨਾ, ਮੈਂ ਇੱਕ ਨੀਚ ਜਾਤ ਦੀ ਕੁੜੀ ਹਾਂ। ਅਤੇ ਫਿਰ ਵੀ ਇਹਨਾਂ ਨੇ ਮਤਲਬ ਉਸ ਚੀਜ਼ ਨੂੰ ਕਿਹਾ ਕਿ ਨਹੀਂ ਵੀ ਇੱਦਾਂ ਨਹੀਂ ਕਹੀਦਾ। ਅਤੇ 2-3 ਦਿਨਾਂ ਬਾਅਦ ਇਹਨਾਂ ਨੇ ਦੱਸ ਹੀ ਦਿੱਤਾ ਵੀ ਮੈਂ ਚਾਹੁੰਦਾ ਵੀ ਤੁਹਾਡੇ ਨਾਲ ਮੈਰਿਜ ਕਰਵਾ ਲਵਾਂਗੀ, ਤੁਹਾਡੀ ਹਾਂ ਤਾਂ ਦੱਸੋ। ਅਤੇ ਬਸ ਇੱਦਾਂ ਫਿਰ ਮਤਲਬ 1-2 ਮਹੀਨਾ ਤਾਂ ਅਜੀਬ ਲੱਗਦਾ ਸੀ, ਹੌਲੀ ਹੌਲੀ ਮਨ ਬਣਿਆ ਗਿਆ।
ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਹੈਰਾਨੀ ਹੈ ਕਿ 7 ਤਰੀਕ ਨੂੰ ਸਿੱਧਾ ਏਅਰਪੋਰਟ ਤੋਂ ਮੇਰੇ ਕੋਲ ਆਏ, ਜਦੋਂ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਕੋਲ ਆਉਣਗੇ। ਇਹਨਾਂ ਨੂੰ ਮੇਰੇ ਕਹਿਣ ਦੇ ਬਾਵਜੂਦ ਵੀ ਇਹ ਮਤਲਬ ਰੁਕੇ ਨਹੀਂ। ਮੈਂ ਕਿਹਾ ਸੀ ਕਿ ਮੇਰੀ ਝੁੱਗੀ ਹੈ ਵੀ ਤੁਹਾਨੂੰ ਮਤਲਬ ਤੁਸੀਂ ਇੱਕ NRI ਹੋ ਹੈ ਨਾ, ਵੀ ਇੱਥੇ ਮੈਂ ਤੁਹਾਨੂੰ ਕਿੱਥੇ ਬਿਠਾਊਂਗੀ ਜਾਂ ਕਿੱਥੇ ਪਾਊਂਗੀ। ਤਾਂ ਇਹਨਾਂ ਨੇ ਫਿਰ ਇਹ ਗੱਲ ਕਹੀ ਸੀ ਮੇਰੇ ਹਸਬੈਂਡ ਨੇ, ਕਹਿੰਦੇ ਵੀ ਜੇ ਤੋ ਧਰਤੀ ਤਾਂ ਹੈਗੀ ਹੈ ਨਾ, ਮੈਂ ਉੱਥੇ ਬੈੱਡ ਲਾ ਕੇ ਸੌਂ ਜੂੰਗਾ, ਵੀ ਤੁਸੀਂ ਇਹ ਨਾ ਕੋਈ ਟੈਨਸ਼ਨ ਲਓ। ਅਤੇ ਉਹ ਸਿੱਧਾ 7 ਤਰੀਕ ਨੂੰ ਮੇਰੇ ਕੋਲ ਆਏ ਆ, ਮੇਰੇ ਕੋਲ ਰਹੇ ਆ, ਅਤੇ 12 ਨੂੰ ਫਿਰ ਅਸੀਂ ਗੁਰਦੁਆਰੇ ਜਾ ਕੇ ਮੈਰਿਜ ਕਰਵਾ ਲਈ ਸੀ। ਅੰਦਰੋਂ ਡਰ ਸੀ ਜੀ ਇੱਕ, ਵੀ ਉਹ ਮਤਲਬ ਉੱਚੀ ਕਾਸਟ ਦੇ ਆ, ਮੈਂ ਕਿੰਨੀਵੀਂ ਕਾਸਟ ਦੇ ਆ, ਪਰ ਫਿਰ ਵੀ ਮੈਨੂੰ ਇੱਕ ਮਤਲਬ ਜਿਵੇਂ ਇੱਕ ਹੌਂਸਲਾ ਜਿਹਾ ਵੀ ਹੁੰਦਾ ਸੀ ਵੀ ਪਰਮਾਤਮਾ ਨੇ ਕਿੱਡੀ ਵੱਡੀ ਦੇਣ ਦਿੱਤੀ ਹੈ ਮੈਨੂੰ, ਵੀ ਰੱਬ ਦੀ ਜੋ ਰਜ਼ਾ ਸੀ ਫਿਰ ਉਹਦੇ ਵਿੱਚ ਮੈਨੂੰ ਹੋਇਆ ਵੀ ਹਾਂ ਇਹ ਰੱਬ ਦੀ ਰਜ਼ਾ। ਅਤੇ ਨਹੀਂ ਤਾਂ ਹਜੇ ਤੱਕ ਵੀ ਕਦੇ ਕਦੇ ਮੈਨੂੰ ਆਪਣੇ ਆਪ ਨੂੰ ਹੁੰਦਾ ਵੀ ਮੈਂ ਇਹ ਮੇਰੇ ਨਾਲ ਕਿਵੇਂ ਹੋਇਆ, ਜਿਵੇਂ ਚਮਤਕਾਰ ਹੋ ਗਿਆ ਰੱਬ ਦਾ। ਜਿਵੇਂ ਲੋਕ ਕਹਿ ਦਿੰਦੇ ਆ ਰੱਬ ਕਿੱਥੇ ਰੱਬ ਕਿੱਥੇ, ਮੈਨੂੰ ਹੁਣ ਐਂ ਲੱਗਦਾ ਰੱਬ ਮੇਰੇ ਕੋਲ ਹੈ, ਕੋਲੇ ਖੜ ਕੇ ਸੁਣੀ ਆ ਮੇਰਾ। ਕਿ ਮੈਂ ਚਾਹੁੰਦੀ ਹਾਂ ਵੀ ਜੇ ਮੈਂ ਜਿਹੜਾ ਵੀ ਉੱਥੇ ਕੁਛ ਕਰੂੰਗੀ ਵੀ ਪਰਮਾਤਮਾ ਮੈਨੂੰ ਇੰਨੀ ਮਤਲਬ ਇਹ 'ਚ ਹਿੰਮਤ ਬਖਸ਼ੇ ਕਿ ਮੈਂ ਆਪਣੇ ਵਰਗੇ ਗਰੀਬ ਬੱਚਿਆਂ ਦੀ ਹੈਲਪ ਕਰ ਸਕਾਂ, ਉਹਨਾਂ ਨੂੰ ਅੱਗੇ ਲਿਆ ਸਕਾਂ। ਜਿੰਨਾ ਚੱਲ ਜਿੰਨਾ ਦਿੱਤਾ ਰੱਬ ਨੇ ਮੈਨੂੰ ਬਹੁਤ ਦਿੱਤਾ, ਤਾਂ ਮੈਂ ਟਰਾਈ ਕਰਾਂ ਕਿ ਉਹਨਾਂ ਨੂੰ ਮੈਂ ਇਹ ਦੱਬੇ ਕੁਚਲੇ ਜਿਹੜੇ ਕਾਸਟ ਆ ਉਹਨਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਵਾਂ। ਮੈਨੂੰ ਜੀ ਇੰਨਾ ਖੁਸ਼ੀ ਹੋਈ ਕਿ ਮੈਨੂੰ ਯਕੀਨ ਨਹੀਂ ਸੀ ਕਿ ਉਹ ਮੈਨੂੰ ਇੱਦਾਂ ਮਤਲਬ, ਮੈਂ ਹਜੇ ਘਬਰਾਹਟ ਹੁੰਦੀ ਸੀ ਮੈਨੂੰ ਜਾ ਕੇ, ਅਤੇ ਮੈਂ ਆਪਣੇ ਆਪ ਨੂੰ ਮਤਲਬ ਫੀਲ ਕਰਦੀ ਸੀ, ਨਰਵਸ ਫੀਲ ਕਰਦੀ ਸੀ, ਪਰ ਉਹ ਮੈਨੂੰ ਇੱਦਾਂ ਮਿਲੇ ਜਿਵੇਂ ਮੈਨੂੰ ਐਂ ਲੱਗਿਆ ਵੀ ਮੇਰਾ ਦੂਜਾ ਪੇਕੇ ਘਰ ਆ। ਬੜਾ ਵਧੀਆ ਲੱਗਿਆ ਮੈਨੂੰ। ਮੈਨੂੰ ਹਜੇ ਵੀ ਜਦੋਂ ਮੈਂ ਜਾਂਦੀ ਹਾਂ ਮੈਨੂੰ ਫੀਲ ਨਹੀਂ ਹੁੰਦਾ ਵੀ ਮੈਂ ਪੇਕੇ ਆਈ ਹਾਂ ਕਿ ਸਹੁਰੇ ਆਈ ਹਾਂ, ਮੈਨੂੰ ਐਂ ਲੱਗਦਾ ਮੈਂ ਪੇਕੇ ਆਈ ਹਾਂ। ਬੜਾ ਵਧੀਆ ਜੀ, ਇਹਨਾਂ ਨੇ ਕੋਈ ਕਿਸੇ ਚੀਜ਼ ਤੋਂ ਉਹ ਨਹੀਂ ਕੀਤੀ। ਜਿਹੜਾ ਘਰ 'ਚ ਬਣਿਆ ਮੈਨੂੰ ਕਿਹਾ ਵੀ ਉਹੀ ਦੇਣਾ, ਕੋਈ ਸਪੈਸ਼ਲ ਚੀਜ਼ ਨਹੀਂ ਬਣਾਉਣੀ। ਜੇ ਸਾਡੇ ਘਰ 'ਚ ਚਟਨੀ ਬਣੀ ਹੈ ਤਾਂ ਇਹ ਚਟਨੀ ਨਾਲ ਹੀ ਰੋਟੀ ਖਾਂਦੇ ਆ, ਅਚਾਰ ਪਿਆ ਤਾਂ ਅਚਾਰ ਨਾਲ ਹੀ ਰੋਟੀ ਖਾਂਦੇ ਆ। ਮੈਂ ਜੀ ਬੈਡਮਿੰਟਨ ਦੀ ਪਲੇਅਰ ਹਾਂ, ਔਰ ਮੈਂ ਜਦੋਂ ਤੱਕ ਮੈਨੂੰ ਇਹ ਪ੍ਰੋਬਲਮ ਆਈ ਨਹੀਂ ਸੀ ਉਦੋਂ ਤੱਕ ਮੈਂ ਖੇਡਦੀ ਰਹੀ। ਜਦੋਂ ਮੈਨੂੰ 2009 ਦੇ ਵਿੱਚ ਇਹ ਪ੍ਰੋਬਲਮ ਆਈ ਹੈ ਉਦੋਂ ਫਿਰ ਮੇਰੀ ਗੇਮ ਬੰਦ ਹੋ ਗਈ ਸੀ। ਕਿਸ ਲੈਵਲ ਤੱਕ ਖੇਡੇ ਸੀ? ਨੈਸ਼ਨਲ ਲੈਵਲ ਤੱਕ। ਹਾਂਜੀ, ਇਹ ਤਾਂ ਬਹੁਤ ਵੱਡੀ ਹੈਰਾਨੀ ਹੁੰਦੀ ਹੈ ਜੀ, ਜੋ ਮੈਂ ਸੋਚਿਆ ਵੀ ਨਹੀਂ ਸੀ, ਕਦੇ ਇਹ ਵੀ ਨਹੀਂ ਸੋਚਿਆ ਮੈਂ 7 ਜਨਮਾਂ 'ਚ ਵੀ ਇਹ ਮੈਨੂੰ ਮਿਲੂਗਾ, ਪਰ ਉਹ ਰੱਬ ਨੇ ਪਤਾ ਨਹੀਂ ਕਿੱਦਾਂ ਮੈਨੂੰ ਦੇ ਦਿੱਤਾ। ਵੀ ਇਹ ਸੋਚਿਆ ਨਹੀਂ ਸੀ, ਮੈਨੂੰ ਤਾਂ ਇੱਦਾਂ ਸੀ ਕਿ ਮੈਨੂੰ ਕੋਈ ਛੋਟੀ ਜੋਬ ਮਿਲ ਜੂਗੀ ਅਤੇ ਮੈਂ ਆਪਣਾ ਗੁਜ਼ਾਰਾ ਕਰ ਲੂੰਗੀ। ਅਤੇ ਜਦੋਂ ਹੁਣ ਮੈਂ ਪ੍ਰੋਬਲਮ 'ਚ ਸੀ ਤਾਂ ਮੈਨੂੰ ਐਂ ਪਤਾ ਸੀ ਵੀ ਮਜ਼ਦੂਰੀ ਕਰਨਾ, ਆਪਣਾ ਢਿੱਡ ਪਾਲਣਾ, ਬਸ ਉੱਥੋਂ ਤੱਕ ਹੀ ਸੀਮਤ, ਆਪਣੀ ਦਵਾਈ ਦਾ ਪ੍ਰਬੰਧ ਕਰਨਾ ਬਸ। ਬਹੁਤ ਜ਼ਿਆਦਾ ਜੀ ਸਰ, ਪਰਿਵਾਰ ਨੇ ਸਾਡੇ ਨੇ ਬੜੀ ਖੁਸ਼ੀ ਮਨਾਈ ਹੈ, ਰਿਸ਼ਤੇਦਾਰਾਂ ਨੇ ਵੀ ਬਹੁਤ ਖੁਸ਼ੀ ਮਨਾਈ ਹੈ। ਚਾਹੀਦਾ ਜੀ ਆਪਣੇ ਲੋਕਾਂ ਨੂੰ ਮਤਲਬ ਸਮਾਜ ਨੂੰ ਇਹ ਗੱਲ ਚਾਹੀਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਇੱਦਾਂ ਗਰੀਬਾਂ ਦੀ ਹੈਲਪ ਕਰੋ। ਇਹ ਪੈਸਾ ਤਾਂ ਹੁਣ ਜੋ ਪਰਮਾਤਮਾ ਨੇ ਤੁਹਾਨੂੰ ਇੰਨੀ ਮਤਲਬ ਬਖਸ਼ ਕੀਤੀ ਹੈ ਪੈਸੇ ਦੀ, ਸਿਹਤ ਦੀ, ਅਤੇ ਜੇ ਤੁਸੀਂ ਇੱਦਾਂ, ਕਿਉਂਕਿ ਅਸੀਂ ਜਿਹੜੇ ਮਤਲਬ ਗਰੀਬ ਲੋਕ ਹੁੰਦੇ ਆ ਨਾ, ਉਹਨਾਂ ਦੇ ਪੈਸੇ ਨਾਲੋਂ ਸੀਸ ਵੱਡੀ ਹੁੰਦੀ ਹੈ ਪਰਮਾਤਮਾ, ਉਹਨਾਂ ਦੇ ਅੰਦਰੋਂ ਅੰਦਰ ਇੱਕ ਅਰਦਾਸ ਹੁੰਦੀ ਆ ਕਿਸੇ ਬਾਰੇ, ਜੇ ਕੋਈ ਕਿਸੇ ਦੀ ਹੈਲਪ ਛੋਟੀ ਜਿਹੀ ਚਾਹੇ ਕਰਦੇ। ਇਸਕੇ ਬਾਰੇ ਮੈਂ ਅਧਿਕ ਜਾਣਕਾਰੀ ਦੇਤੇ ਹੋਏ ਦੁਲਹਨ ਮਨਜੀਤ ਕੌਰ ਨੇ ਬਤਾਇਆ ਕਿ ਰਾਸ਼ਟਰੀ ਸਤਰ ਕੀ ਬੈਡਮਿੰਟਨ ਖਿਲਾੜੀ ਰਹਿ ਚੁੱਕੀ ਹੈ, ਔਰ ਵੇ 4 ਭਾਈ ਔਰ 2 ਬਹਿਣੇ ਹੈ, ਔਰ ਉਨਕੇ ਪਿਤਾ ਜੀ ਕੀ 1998 ਮੇਂ ਮ੍ਰਿਤਯੂ ਹੋ ਗਈ ਥੀ। ਉਹਨੇ ਪਿਤਾ ਕੀ ਮ੍ਰਿਤਯੂ ਕੇ ਬਾਅਦ ਪੜ੍ਹਾਈ ਕੋ ਜਾਰੀ ਰੱਖਾ, ਔਰ ਉਨਕੀ ਮਾਂ ਨੇ ਮਿਹਨਤ ਮਜ਼ਦੂਰੀ ਕਰ ਉਸੇ ਪੜ੍ਹਾਇਆ, ਔਰ ਵੇ ਬੈਡਮਿੰਟਨ ਕੀ ਬਹੁਤ ਅੱਛੀ ਖਿਲਾੜੀ ਬਣ ਗਈ। ਲੇਕਿਨ ਸਾਲ 2009 ਮੇਂ ਉਹਨੇ ਸਰੀਰਕ ਰੂਪ ਸੇ ਦਿੱਕਤ ਆਨੇ ਕੇ ਕਾਰਨ ਵੇ ਬੈਡਮਿੰਟਨ ਖੇਲਣਾ ਛੋੜ ਚੁੱਕੀ ਥੀ। ਵਹੀਂ ਉਹਨੇ ਬਤਾਇਆ ਕਿ ਉਨਕੀ ਖੇਲ ਔਰ ਬਿਮਾਰੀ ਕੇ ਬਾਰੇ ਮੇਂ ਕਨੇਡਾ ਕੇ ਇੱਕ ਅਖਬਾਰ ਮੇਂ ਵੀ ਛਪਾ ਥਾ, ਜਿਸਕੇ ਬਾਅਦ ਕਨੇਡਾ ਕੇ ਰਹਿਣੇ ਵਾਲੇ ਮਹਿੰਦਰ ਸਿੰਘ ਨੇ ਫੋਨ ਕਰ ਉਨਕੀ ਮਦਦ ਕਰਨੇ ਕੀ ਪੇਸ਼ਕਸ਼ ਕੀ। ਇਸਕੇ ਬਾਅਦ ਮਹਿੰਦਰ ਸਿੰਘ ਨੇ ਉਨ੍ਹੇ ਕੁਛ ਨਕਦ ਰਾਸ਼ੀ ਵੀ ਭੇਜੀ। ਕੁਛ ਦਿਨ ਬਾਅਦ ਮਹਿੰਦਰ ਸਿੰਘ ਕਾ ਫੋਨ ਆਇਆ ਕਿ ਵੇ ਉਸਸੇ ਸ਼ਾਦੀ ਕਰਨਾ ਚਾਹਤੇ ਹੈ, ਲੇਕਿਨ ਇਸ ਬਾਤ ਕਾ ਉਨ੍ਹੇ ਵਿਸ਼ਵਾਸ ਨਹੀਂ ਆਇਆ, ਕਿਉਂਕਿ ਵੇ ਇੱਕ ਨੀਚ ਜਾਤੀ ਸੇ ਸੰਬੰਧ ਰੱਖਤੀ ਹੈ, ਔਰ ਮਹਿੰਦਰ ਸਿੰਘ ਇੱਕ ਉੱਚ ਜਾਤੀ ਸੇ ਸੰਬੰਧ ਰੱਖਤੇ ਹੈ। ਇਸਕੇ ਬਾਅਦ ਉਨਕੀ ਮਹਿੰਦਰ ਸਿੰਘ ਸੇ ਕਰੀਬ 2 ਮਹੀਨੇ ਫੋਨ ਪਰ ਬਾਤ ਹੋਤੀ ਰਹਿਤੀ ਥੀ, ਜਿਸਕੇ ਬਾਅਦ ਉਹਨੇ ਸ਼ਾਦੀ ਕੇ ਲੀਏ ਆਪਣੀ ਸਹਿਮਤੀ ਪ੍ਰਕਟ ਕੀ, ਔਰ NRI ਮਹਿੰਦਰ ਸਿੰਘ 7 ਜਨਵਰੀ ਕੋ ਇੰਡੀਆ ਆਏ, ਔਰ ਸੀਧੇ ਉਨਕੀ ਝੁੱਗੀ ਝੋਂਪੜੀ ਮੇਂ ਆਕਰ ਰਹਿਣੇ ਲਗੇ, ਜਿਸਕੇ ਬਾਅਦ ਉਹਨੇ 12 ਜਨਵਰੀ ਕੋ ਇੱਕ ਸਾਦੇ ਸਮਾਰੋਹ ਮੇਂ ਗੁਰਦੁਆਰਾ ਸਾਹਿਬ ਮੇਂ ਜਾ ਕਰ ਸ਼ਾਦੀ ਕਰ ਲਈ। ਅਸੀਂ 1999 ਦੇ ਵਿੱਚ ਗਏ ਸੀ ਪਹਿਲੀ ਵਾਰ ਕੈਨੇਡਾ 'ਚ, ਅਤੇ ਫਿਰ ਮੈਂ ਉਦੋਂ ਪਹਿਲਾਂ ਦੋ ਵਾਰੀ ਆਇਆ ਸੀ, ਹੁਣ ਆਇਆ 20 ਸਾਲਾਂ ਬਾਅਦ ਦੁਬਾਰੇ। ਉੱਥੇ ਆਪਣਾ ਵੈਨਕੂਵਰ ਦੇ ਨੇੜੇ ਆ, ਸਰੀ ਦੇ ਨਾਲ ਇੱਕ ਛੋਟਾ ਜਿਹਾ ਸ਼ਹਿਰ ਆ ਐਬਸਪੋਰਡ, ਅਤੇ ਉੱਥੇ ਮੈਂ ਰਹਿਣਾ ਜੀ ਅੱਜ ਕੱਲ੍ਹ।
ਇਹਨਾਂ ਦਾ ਜੀ ਐਕਚੁਅਲੀ ਆਪਣੇ ਆਰਟੀਕਲ ਆਇਆ ਸੀ ਅਖਬਾਰ ਦੇ ਵਿੱਚ, ਉੱਥੇ ਗਾਰਡੀਅਨ ਅਖਬਾਰ ਸੀਗਾ, ਅਤੇ ਉਹਦੇ 'ਚ ਮੈਂ ਪੜ੍ਹਿਆ ਸੀ ਇਹਨਾਂ ਬਾਰੇ, ਇਹਨਾਂ ਦੀ ਪਿਕਚਰ ਸੀ ਘਰ ਬਾਰ ਬਾਰੇ ਸਾਰਾ, ਇਹਨਾਂ ਦੀ ਬਿਮਾਰੀ ਬਾਰੇ ਅਤੇ ਕਿਵੇਂ ਇਹਨਾਂ ਦੀ ਗੇਮ ਸੁੱਟੀ ਕਿਉਂ ਸੁੱਟੀ, ਉਸ ਉੱਥੋਂ ਹੀ ਸਾਰਾ ਕੁਛ ਮੈਨੂੰ ਪਤਾ ਲੱਗਿਆ ਸਾਰਾ ਕੁਛ, ਇਹਨਾਂ ਦੀ ਜ਼ਿੰਦਗੀ ਬਾਰੇ ਵੀ ਕਿੱਦਾਂ ਵੀ ਕਿਵੇਂ ਰਹਿ ਰਹੇ ਆ, ਕੌਣ ਹੈਗੇ ਸਾਰਾ ਕੁਛ। ਫਿਰ ਇਹਨਾਂ ਦਾ ਜੋ ਜਿਹੜਾ ਪੇਪਰ ਅਖਬਾਰ ਸੀਗਾ ਉਹਦੇ ਵਿੱਚ ਕੋਈ ਫੋਨ ਨੰਬਰ ਵਗੈਰਾ ਕੁਛ ਨਹੀਂ ਸੀਗਾ, ਫਿਰ ਮੈਂ ਆਪਣੇ ਪਿੰਡ ਢਪਾਲੀ ਫੋਨ ਕੀਤਾ, ਆਪਣੇ ਕਜ਼ਨ ਸੀਰਾ ਮੇਰੇ ਤਾਇਆ ਜੀ ਦਾ ਲੜਕਾ, ਉਹਨਾਂ ਨੂੰ ਦੱਸਿਆ ਵੀ ਤੁਸੀਂ ਆਪਣੇ ਭਦੌੜ ਦੀ ਕੁੜੀ ਆ ਕੋਈ ਮਨਜੀਤ ਕੌਰ ਬੈਡਮਿੰਟਨ ਦੀ ਖਿਡਾਰਨ, ਵੀ ਉਹਨਾਂ ਕੋਲ ਜਾਓ ਉੱਥੇ ਲੱਭੋ ਉਹਨਾਂ ਨੂੰ ਕਿੱਥੇ ਰਹਿੰਦੇ ਵੀ ਆਪਾਂ ਉਹਨਾਂ ਦੀ ਮਦਦ ਕਰਨੀ ਹੈ। ਅਤੇ ਫਿਰ ਉਹ ਆਏ ਢਪਾਲੀ ਤੋਂ ਇੱਥੇ ਆਪਣੇ ਭਦੌੜ ਆ ਗਏ, ਫਿਰ ਉਹਨਾਂ ਨੇ ਲੱਭ ਲਿਆ ਕਿਉਂਕਿ ਇਹਨਾਂ ਦਾ ਨਾਂ ਸੀਗਾ ਇੱਥੇ ਪਿੰਡ 'ਚ ਜਾਣਦੇ ਸੀਗੇ ਵੀ ਖਿਡਾਰਨ ਕਰਕੇ, ਅਤੇ ਫਿਰ ਉਹਨਾਂ ਨੇ ਮੈਨੂੰ ਇਹਨਾਂ ਦਾ ਨੰਬਰ ਦਿੱਤਾ, ਇਹਨਾਂ ਤੋਂ ਪੁੱਛ ਕੇ ਵੀ ਨੰਬਰ ਦੇ ਸਕਦੇ, ਉਹਨਾਂ ਨੇ ਦੱਸਿਆ ਵੀ ਮੇਰੇ ਚਾਚਾ ਜੀ ਦਾ ਲੜਕਾ ਵੀ ਉਹ ਤੁਹਾਡੀ ਮਦਦ ਕਰਨੀ ਚਾਹੁੰਦਾ। ਫਿਰ ਉੱਧਰੋਂ ਫਿਰ ਮੈਂ ਫੋਨ ਕੀਤਾ ਸੀ ਇਹਨਾਂ ਨੂੰ, ਮੈਂ ਕਿਹਾ ਵੀ ਐਂ ਤੁਹਾਡੀ ਮਦਦ ਕਰਨੀ ਹੈ ਅਤੇ ਵੀ ਪੈਸਾ ਵੀ ਭੇਜਿਆ ਇਹਨਾਂ ਨੂੰ, ਅਤੇ ਫਿਰ ਦੋ ਚਾਰ ਦਿਨ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਇੱਦਾਂ, ਹਾਂਜੀ। ਅਤੇ ਉਦੋਂ ਬਾਅਦ ਫਿਰ ਮੈਂ ਇਹਨਾਂ ਨੂੰ ਇਹ ਸੋਚਿਆ, ਮੈਂ ਆਖਿਆ ਵੀ ਤੁਹਾਨੂੰ ਵੀ ਇੱਕ ਸਾਥ ਦੀ ਲੋੜ ਹੈ, ਵੀ ਹੁਣ ਪੈਸਾ ਤਾਂ ਕਿੰਨਾ ਕੁ ਚਿਰ ਚੱਲੂਗਾ, ਵੀ ਹੋਰ ਵੀ ਭੇਜ ਦੇਣਗੇ ਵੀ, ਪਰ ਜਿਹੜੀ ਹੁਣ ਤੁਹਾਡੀ ਉਮਰ ਹੈ ਨਾ, ਵੀ ਤੁਹਾਨੂੰ ਇੱਕ ਜੀਵਨ ਸਾਥੀ ਦੀ ਲੋੜ ਹੈ। ਫਿਰ ਇਹਨਾਂ ਨੇ ਕਿਹਾ ਵੀ ਸਾਡੇ ਨਾਲ ਵੀ ਕੌਣ ਵਿਆਹ ਕਰਾਊਗਾ, ਅਸੀਂ ਤਾਂ ਸਾਡੀ ਜਾਤ ਸੱਜ ਘਾੜੇ ਹੈ, ਨੀਵੀਂ ਜਾਤ ਹੈ, ਅਤੇ ਤੁਸੀਂ ਕਨੇਡਾ ਤੋਂ ਹੈ। ਫਿਰ ਮੈਨੂੰ ਕਿਹਾ ਮੈਂ ਤੁਹਾਡੀ ਹਾਂ ਹੋਣੀ ਚਾਹੀਦੀ ਹੈ, ਵੀ ਤੁਸੀਂ ਹਾਂ ਕਰੋਗੇ ਤਾਂ ਵਿਆਹ ਕਰਾਉਣ ਨੂੰ ਤਾਂ ਵੀ ਮੈਂ ਕਰਾਊਂਗਾ ਤੁਹਾਡੇ ਨਾਲ। ਅਤੇ ਫਿਰ ਇਹਨਾਂ ਨੇ ਫੈਸਲਾ ਲੈ ਲਿਆ, ਹਾਂ ਕਰਤੀ ਦੋ ਚਾਰ ਦਿਨਾਂ ਬਾਅਦ। ਅਤੇ ਉਸ ਤੋਂ ਬਾਅਦ ਫਿਰ ਅਸੀਂ ਆਲਮੋਸਟ ਹਰ ਰੋਜ਼ ਹੀ ਤੜਕੇ ਆਥਣੇ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ, ਕਿਤੇ ਇਹਨਾਂ ਨੇ ਫੋਨ ਕਰ ਲੈਣਾ, ਕਿਤੇ ਮੈਂ ਕਰ ਲੈਣਾ, ਅਸੀਂ 14 ਮਹੀਨੇ ਗੱਲਾਂ ਬਾਤਾਂ ਕਰਦੇ ਰਹੇ। ਫਿਰ ਉਸ ਤੋਂ ਬਾਅਦ ਮੈਂ ਨਿਰਣਾ ਕਰ ਲਿਆ ਵੀ ਮੈਂ ਹੁਣ ਪਹਿਲਾਂ ਐਕਚੁਅਲੀ ਇਹਨਾਂ ਦਾ ਵਿਜ਼ਟਰ ਅਪਲਾਈ ਕੀਤਾ ਸੀਗਾ, ਅਤੇ ਉਹ ਵੀਜ਼ਾ ਉਹਨਾਂ ਨੇ ਜਿੱਦਾਂ ਵੀਜ਼ਾ ਮਿਲਿਆ ਨਹੀਂ, ਕਿਉਂਕਿ ਉਹ ਕਹਿੰਦੇ ਵੀ ਨਾ ਤਾਂ ਤੇਰੇ ਕੋਲ ਨੌਕਰੀ ਹੈ ਨਾ ਜ਼ਮੀਨ ਜਾਇਦਾਦ, ਤੂੰ ਤਾਂ ਸਿਰਫ ਉੱਧਰ ਰਹਿ ਨਹੀਂ ਜਾਂਦੀ ਹੈ, ਅਤੇ ਉਸ ਕਰਕੇ ਚਲੋ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ। ਉਦੋਂ ਬਾਅਦ ਫਿਰ ਮੈਂ ਡਿਸਾਈਡ ਕੀਤਾ ਵੀ ਮੈਂ ਇਹਨੂੰ ਜਾਣਾ ਹੀ ਪੈਣਾ, ਵੀ ਮੈਂ ਖੁਦ ਵਿਆਹ ਕਰਾ ਕੇ ਲੈ ਕੇ ਆਉਂਗਾ। ਫਿਰ ਮੈਂ 7 ਜਨਵਰੀ ਨੂੰ 2020 'ਚ ਇਸ ਜਨਵਰੀ ਫਿਰ ਮੈਂ ਇੱਥੇ ਆਇਆ ਸੀਗਾ, ਸਿੱਧਾ ਇਹਨਾਂ ਕੋਲ ਹੀ ਆਇਆ ਸੀਗਾ, ਅਤੇ ਆਇਆ ਵੀ ਇਹਨਾਂ ਦਾ ਕਰਕੇ ਸੀ, ਅਤੇ ਇਹ ਕਹਿੰਦੇ ਵੀ ਹੁਣ ਮੈਂ ਕਿਹਾ ਰਹਿਣਾ ਵੀ ਤੁਹਾਡੇ ਕੋਲ ਹੀ ਹੈ, ਸਿੱਧਾ ਮੈਂ ਆਪਣੇ ਪਿੰਡ ਨਹੀਂ ਜਾਣਾ ਨਾ ਰਿਸ਼ਤੇਦਾਰ 'ਚ ਜਾਣਾ, ਅਤੇ ਇਹ ਕਹਿੰਦੇ ਸਾਡੇ ਤਾਂ ਜਗ੍ਹਾ ਹੈ ਨਹੀਂ ਕਿਵੇਂ ਪਾਉਂਗੀ। ਮੈਂ ਚਲੋ ਜਿੰਨੀ ਵੀ ਜਗ੍ਹਾ ਹੈਗੀ ਚੱਲ ਚਲੋ ਗਰਾਊਂਡ ਤਾਂ ਹੈਗੇ, ਮੈਂ ਉੱਥੇ ਪੈ ਜੂ ਨੋ ਪ੍ਰੋਬਲਮ। ਅਤੇ ਫਿਰ ਅਸੀਂ ਹਾਂਜੀ ਫਿਰ ਇਹ ਮੰਨ ਗਏ, ਸਿੱਧਾ ਮੈਂ ਇਹਨਾਂ ਦੇ ਘਰ ਆਇਆ। ਦੂਜੇ ਦਿਨ ਰਾਤ ਕੱਟੀ, ਰਾਤ ਨੂੰ ਹੀ ਆਇਆ ਸੀਗਾ ਲੇਟ, ਰਾਤ ਕੱਟ ਕੇ ਇਹਨਾਂ ਦੇ ਭਰਾਵਾਂ ਨੂੰ ਅਤੇ ਮਾਦਰ ਸੀ ਇਹਨਾਂ ਦੀ ਸਿਸਟਰ ਸਾਰਿਆਂ ਨੂੰ ਇਕੱਠੇ ਕਰਕੇ ਵੀ ਆਹ ਚੱਕਰ ਹੈ, ਵੈਸੇ ਇਹਨਾਂ ਨੇ ਪਹਿਲਾਂ ਦੱਸਤਾ ਸੀ ਉਹਨਾਂ ਨੂੰ। ਅਤੇ ਫਿਰ 12 ਜਨਵਰੀ ਤੱਕ ਮੈਂ ਇੱਥੇ ਰਿਹਾ ਇਹਨਾਂ ਕੋਲ। 12 ਜਨਵਰੀ ਨੂੰ ਅਸੀਂ ਗੁਰਦੁਆਰੇ ਸਾਹਿਬ ਜਾ ਕੇ ਅਤੇ ਆਨੰਦ ਕਾਰਜ ਕਰਵਾਏ ਆ, ਅਤੇ ਸਾਦੇ ਕੱਪੜਿਆਂ 'ਚ ਮੈਂ ਕੁੜਤਾ ਪਜਾਮਾ ਪਾਇਆ ਸੀ, ਇਹਨਾਂ ਨੇ ਸਲਵਾਰ ਸੂਟ, ਅਤੇ 1 ਘੰਟੇ ਦੇ ਵਿੱਚ ਸਾਡਾ ਵਿਆਹ ਆਨੰਦ ਕਾਰਜ ਹੋ ਗਏ ਸੀਗੇ। ਉਸ ਤੋਂ ਬਾਅਦ ਉਸੇ ਰਾਤ ਫਿਰ ਅਸੀਂ ਇੱਥੇ ਘਰ ਪਏ ਮਾਤਾ ਜੀ ਕੋਲ, ਇਸੇ ਕੁੱਲੀ 'ਚ। ਅਤੇ 13 ਜਨਵਰੀ ਨੂੰ ਫਿਰ ਮੈਂ ਆਪਣੇ ਪਿੰਡ ਇਹਨਾਂ ਨੂੰ ਲੈ ਕੇ ਆਇਆ ਸੀ ਢਪਾਲੀ। ਉਸ ਤੋਂ ਬਾਅਦ ਅਸੀਂ ਕਿਤੇ ਢਪਾਲੀ ਕਿਤੇ ਇੱਥੇ ਬਾਕੀ ਰਿਸ਼ਤੇਦਾਰਾਂ 'ਚ ਇੱਧਰ ਉੱਧਰ ਘੁੰਮਦੇ ਫਿਰਦੇ ਹਾਂ। ਨਹੀਂ ਬਿਲਕੁਲ ਨਹੀਂ ਜੀ ਕੀਤਾ ਜੀ, ਸਾਰੇ ਖੁਸ਼ ਸੀਗੇ, ਸਾਰਿਆਂ ਨੇ ਵਧਾਈਆਂ ਦਿੱਤੀਆਂ, ਮਿਲੇ ਇੱਥੋਂ ਵਾਲੇ ਵੀ ਅਤੇ ਕਨੇਡਾ ਵਾਲਿਆਂ ਨੇ ਵੀ ਸਾਰਿਆਂ ਨੇ। ਲੋਕਾਂ ਦਾ ਤਾਂ ਹੁਣ ਤੁਹਾਨੂੰ ਪਤਾ ਹੀ ਆ ਰਾਈਟ, ਜਿਹੜੇ ਪੇਂਡੂ ਹਨ ਜਿੱਦਾਂ ਘੱਟ ਨੌਲੇਜ ਕਹਿ ਲਓ ਜਿਹਨਾਂ ਨੂੰ, ਹੁਣ ਉਹਨਾਂ ਨੇ ਤਾਂ ਕਹਿਣਾ ਹੀ ਮੈਂ ਕਹਿਣਗੇ ਇਹਨੂੰ, ਮੈਨੂੰ ਪਤਾ ਸੀ ਸਭ ਕੁਛ ਵੀ ਹਾਂ ਲੋਕਾਂ ਨੇ ਕਹਿਣਾ ਸੱਜ ਘੜਨ ਦੀ ਕੁੜੀ ਹੈ, ਹੋ ਸਕਦਾ ਮੈਨੂੰ ਵੀ ਸੱਜ ਘੜਾ ਹੀ ਕਹਿਣ ਲੱਗ ਜਾਣ, ਇਹ ਸਭ ਕੁਛ ਪਤਾ ਸੀ ਮੈਨੂੰ, ਪਰ ਮੈਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰੀ। ਮੈਨੂੰ ਮਨਜੀਤ ਤੱਕ ਮਤਲਬ ਸੀਗਾ ਵੀ ਚਲੋ ਇਹਦੀ ਜ਼ਿੰਦਗੀ ਬਣਦੀ ਹੈ, ਲੋਕ ਕੁਛ ਮਰਜ਼ੀ ਕਹੀ ਜਾਣ, ਉਹਨਾਂ ਕਹਿਣ ਨਾਲ ਮੈਂ ਕੋਈ ਚੰਗਾ ਨਹੀਂ ਬਣ ਲੱਗਿਆ ਨਾ ਹੀ ਮਾੜਾ ਕੰਮ ਬਣ ਲੱਗਿਆ। ਹੁਣ ਵੀ ਜੇ ਮੈਨੂੰ ਲੋਕ ਕਹਿੰਦੇ ਵੀ ਤੂੰ ਬੜਾ ਵਧੀਆ ਕੰਮ ਕੀਤਾ, ਫਿਰ ਵੀ ਕੋਈ ਇੱਦਾਂ ਨਹੀਂ ਕੋਈ ਵੀ ਆਪਣੀ ਕੋਈ ਮਸ਼ਹੂਰੀ ਹੁੰਦੀ ਹੈ ਨਾ, ਜਾਂ ਵੀ ਲੋਕ ਕਹਿੰਦੇ ਵੀ ਯਾਰ ਬੱਲੇ ਬੱਲੇ ਬੱਲੇ, ਲੋਕਾਂ ਨੇ ਤਾਂ ਕਹਿੰਦੇ ਹੁੰਦੇ ਬਾਬੇ ਨਾਨਕ ਵਰਗਿਆਂ ਨੂੰ ਵੀ ਨਹੀਂ ਚੰਗਾ ਸਮਝਿਆ, ਅਸੀਂ ਤਾਂ ਕਹੋ ਅਸੀਂ ਤਾਂ ਚਲੋ ਜੋ ਹੋ ਗਿਆ ਰੱਬ ਨੇ ਕਰਾਤਾ ਠੀਕ ਹੈ। ਬਹੁਤ ਜੀ ਬਹੁਤ ਜ਼ਿਆਦਾ ਖੁਸ਼ ਹਾਂ, ਕਹਿੰਦੇ ਹੁੰਦੇ ਬਾਗੋ ਬਾਗ ਹੱਦੋਂ ਵੱਧ ਖੁਸ਼ ਹਾਂ ਜੀ। ਮੀਡੀਆ 'ਚ ਆਉਣ ਦਾ ਮਤਲਬ ਵੀ ਇਹੀ ਆ ਵੀ ਚਲੋ ਸਾਡੀ ਆਹ ਵਿਆਹ ਦੇਖ ਕੇ ਸਾਥ ਦਾ ਵਿਆਹ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਗਰੀਬ ਕੁੜੀ ਨਾਲ ਵਿਆਹ ਕਰਾਉਣਾ, ਅਤੇ ਕੋਈ ਕੁਛ ਵੀ ਨਹੀਂ ਦੇਖਿਆ, ਸਿਰਫ ਇਹ ਦੇਖਿਆ ਵੀ ਇਹ 'ਚ ਵੀ ਇਸ ਕੁੜੀ ਦੇ 'ਚ ਵੀ ਆਤਮਾ ਹੈਗੀ ਹੈ, ਇਹਨੂੰ ਵੀ ਜੀਵਨ ਸਾਥੀ ਦੀ ਲੋੜ ਹੈ, ਅਤੇ
ਸਾਰਿਆਂ ਨੂੰ ਉੱਪਰ ਉੱਠ ਕੇ ਕਰਾਇਆ ਵੀ ਮੈਂ ਹੋਰਾਂ ਨੂੰ ਵੀ ਸਾਰਿਆਂ ਨੂੰ ਆਪਣੇ ਸੁਨੇਹਾ ਵੀ ਕਹਿ ਲਓ ਜਾਂ ਹੈ ਨਾ ਸੰਦੇਸ਼ ਇਹੀ ਹੈ ਵੀ ਪਲੀਜ਼ ਕਿਰਪਾ ਕਰਕੇ ਜਾਤਾਂ ਪਾਤਾਂ ਤੋਂ ਉੱਪਰ ਉੱਠੋ, ਦਾਜ ਦਹੇਜ ਤੋਂ ਉੱਪਰ ਉੱਠੋ, ਗਰੀਬੀ ਅਮੀਰੀ ਅਤੇ ਸਾਦੇ ਵਿਆਹ ਕਰਾਓ ਅਤੇ ਬਿਲਕੁਲ ਪੈਸੇ ਨਾ ਖਰਚੋ। ਹੁਣ ਸਾਡੀ ਮੈਂ ਸਿੱਧੀ ਗੱਲ ਕਹਿੰਦਾ ਪੰਜੀ ਵੀ ਨਹੀਂ ਲੱਗੀ, ਹੁਣ ਜਿਹੜਾ ਚਲੋ ਅਸੀਂ ਉੱਧਰੋਂ ਪੈਸਾ ਬਚਾ ਲਿਆ, ਮੇਰੀ ਸੋਚ ਇਹ ਸੀ ਕਿਸੇ ਹੋਰ ਦਾ ਭਲਾ ਕਰਾਂਗੇ, ਕਰਾਉਣ ਤਾਂ ਹੁਣ ਮੈਂ ਕਨੇਡਾ ਤੋਂ ਆਇਆ, ਕਿੰਨਾ ਪੈਸਾ ਖਰਚ ਸਕਦਾ ਸੀਗਾ, ਪਰ ਉਹੀ ਜਿਹੜਾ ਪੈਸਾ ਬਚ ਗਿਆ ਹੁਣ ਕਿਸੇ ਗਰੀਬ ਥਾਂ ਜਿਵੇਂ ਆਪਣੇ ਲਾਈ ਵੀ ਜਾਂਦੇ ਹਾਂ ਅਤੇ ਲਾਵਾਂਗੇ ਵੀ। ਨਹੀਂ ਜੀ ਬਿਲਕੁਲ ਨਹੀਂ, ਫਿਰ ਤਾਂ ਫਿਰ ਉੱਥੇ ਗੱਲ ਜਾ ਬਣਨੀ ਸੀ, ਫਿਰ ਤਾਂ ਦਿਖਾਵਾ ਹੋ ਜਾਣਾ ਸੀ ਵੀ ਬਾਹਰੋਂ ਆਇਆ ਮੁੰਡਾ ਪਾਰਟੀ ਕਰੀ ਆ ਧੂਮ ਧੜਾਕੇ ਨਾਲ ਅਤੇ ਸਪੀਕਰ ਲੱਗੇ ਆ, ਪੈਸਾ ਖਰਚਿਆ, ਦਾਰੂ ਚੱਲੀ ਆ, ਫਿਰ ਤਾਂ ਉਹੀ ਗੱਲ ਹੋ ਜਾਣੀ ਸੀ। ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਉੱਠਣਾ, ਮੈਨੂੰ ਤਾਂ ਜੀ ਬਹੁਤ ਚੰਗਾ ਲੱਗਦਾ, ਮੈਂ ਤਾਂ ਖੁਸ਼ ਹਾਂ, ਮੈਨੂੰ ਤਾਂ ਆਪਦੇ ਪਿੰਡ ਜਾਣ ਨੂੰ ਕੰਨੀ ਕਤਰਾਉਣਾ, ਮੈਂ ਕਹਿੰਦਾ ਵੱਧ ਤੋਂ ਵੱਧ ਸਮਾਂ ਇੱਥੇ ਹੀ ਰਹੀਏ, ਇਹਨਾਂ 'ਚ ਰਹੀਏ, ਸਾਰੇ ਮੁਹੱਲੇ 'ਚ ਇਹਨਾਂ 'ਚ ਘੁੰਮਦਾ ਫਿਰਦਾ, ਆਲਮੋਸਟ ਹੁਣ ਮੈਨੂੰ ਸਾਰੇ ਜਾਣਨ ਲੱਗ ਗਏ, ਸਾਰੇ ਨਾਲ ਮੈਂ, ਔਰਤ ਹੋਵੇ ਮਰਦ ਹੋਵੇ ਬੱਚੇ ਹੋਣ ਨਿਆਣੇ ਜੋ ਵੀ ਹੈ ਸਾਰਿਆਂ ਨਾਲ, ਕੁੜੀਆਂ ਛੋਟੀਆਂ ਛੋਟੀਆਂ 20-25 ਸਾਲ ਦੀਆਂ ਨਿਆ ਮੁਟਿਆਰਾਂ ਉਹ ਵੀ ਸਾਰੀਆਂ ਜੱਫੀ ਜਵਾਬਾਂ ਮਿਲਦੀਆਂ, ਸਾਰੀਆਂ ਸਾਰਿਆਂ ਨੇ ਮੈਂ ਤਾਂ ਘੁਲਿਆ ਮਿਲਿਆ ਇਹਨਾਂ 'ਚ ਜੀ ਪੂਰਾ ਹੀ, ਮੈਂ ਬੜਾ ਖੁਸ਼ ਹਾਂ। ਹਾਂਜੀ ਇੱਥੋਂ ਆਪਾਂ ਇਹਨਾਂ ਦਾ ਫਾਈਲ ਲਾ ਦੇਣੀ ਹੈ ਅਤੇ ਆਪਣਾ ਸਰਟੀਫਿਕੇਟ ਮਿਲ ਜਾਣਾ ਆਪਾਂ ਨੂੰ, ਗੁਰਦੁਆਰਿਆਂ ਵਾਲਿਆਂ ਨੇ ਦਿੱਤਾ ਸੀਗਾ ਵਿਆਹ ਦਾ ਮੈਰਿਜ ਸਰਟੀਫਿਕੇਟ, ਅਤੇ ਆਪਣੇ ਜਿਹੜਾ ਕਚਹਿਰੀਆਂ 'ਚੋਂ ਲੈਂਦੇ ਹੁੰਦੇ ਆ ਅਤੇ ਆਪਣੇ ਤਹਿਸੀਲਦਾਰ ਦੇ ਸਾਹਮਣੇ ਉਹ ਫਿਰ ਤੁਹਾਨੂੰ ਸਾਈਨ ਕਰਕੇ ਦਿੰਦਾ ਵੀ ਵਾਕਈ ਠੀਕ ਆ, ਸਹੀ ਵਿਆਹ ਗਾ, ਉਹ ਮਿਲ ਗਿਆ। ਅਤੇ ਇੱਥੋਂ 2 ਹਫ਼ਤੇ ਜਦੋਂ ਰਹਿ ਕੇ ਜਾਣ ਦੇ, ਮੈਂ 3 ਮਾਰਚ ਨੂੰ ਜਾਣਾ ਅਤੇ 2 ਹਫ਼ਤੇ ਪਹਿਲਾਂ ਇਹਨਾਂ ਦਾ ਇੱਥੋਂ ਫਾਈਲ ਅਪਲਾਈ ਕਰ ਦੇਣੀ ਹੈ, ਲਾ ਦੇਣੀ ਹੈ, ਅਤੇ ਫਿਰ ਉੱਧਰ ਜਾ ਕੇ ਮੈਂ ਚਲਾ ਜਾਣਾ। ਅਤੇ ਮੇਰਾ ਖਿਆਲ ਇਹਨਾਂ ਦਾ 3-4 ਮਹੀਨੇ ਜਾਂ ਵੱਧ ਤੋਂ ਵੱਧ 4-5 ਲਾ ਲਓ। ਆਪਣਾ ਜੀ ਉੱਥੇ ਨਰਸਰੀ ਦਾ ਹੈਗਾ ਆਪਣਾ ਫਾਰਮ ਹੈਗਾ, ਜਿਵੇਂ ਪੌਦੇ ਵਗੈਰਾ ਬੂਟੇ ਆਪਾਂ ਆਪ ਹੀ ਤਿਆਰ ਕਰਦੇ ਹਾਂ ਅਤੇ ਅੱਗੇ ਵੇਚਦੇ ਹਾਂ। ਮੇਰੇ ਪਾ ਅਸੀਂ 5 ਭਰਾ ਜੀ, 5 ਉੱਧਰ ਰਹਿੰਦੇ ਹਾਂ, ਇੱਕ ਸਿਸਟਰ ਆ ਵੱਡੀ ਉਹ ਇੱਧਰ ਰਹਿੰਦੀ ਹੈ। वही इस विषय पर बात करते हुए NRI दुल्हे महेंद्र सिंह ने बताया कि 1999 से कनाडा में वह रह रहे हैं और उन्हें मनजीत कौर के बारे में कनाडा की एक अखबार से पता चला था कि मनजीत कौर एक नेशनल लेवल की बैडमिंटन खिलाड़ी है और एक गंभीर बीमारी से जूझ रही है। वह मनजीत कौर की मदद करना चाहते थे लेकिन उनके पास मनजीत कौर का फोन नंबर नहीं था, जिसके बाद उन्होंने अपने गाँव से चाचा के बेटे को भदौड़ मनजीत कौर के पास भेज कर उनका फोन नंबर हासिल किया और उसके बाद उन्होंने मनजीत कौर को फोन कर आर्थिक मदद देने की पेशकश की और उनसे शादी करने का प्रस्ताव उनके सामने रखा। उन्होंने बताया कि उनकी फोन पर करीब 14 महीने बात होती रहती थी, आखिरकार मनजीत कौर ने शादी के लिए अपनी सहमति दे दी, इसी कारण वो 7 जनवरी को सीधा भारत आए हैं। उन्होंने कहा कि उनका मीडिया में आने का सिर्फ इतना ही मकसद है कि दूसरे लोग भी शादी से प्रेरणा लें और जात पात ऊंच नीच गरीबी अमीरी से ऊपर उठकर मनजीत कौर जैसी लड़कियों की मदद करें। उन्होंने लोगों से अपील की कि वे बिल्कुल सादे समारोह कर शादी करेंगे और शादियों में बेफजूल के पैसे की बर्बादी को बंद करें और वहीं पैसे को ही किसी की मदद में लगाएं। उन्होंने कहा कि उनकी शादी में उनका कोई भी खर्चा नहीं हुआ और वह ये पैसा किसी जरूरतमंद को मदद करने में ही लगाएंगे। वहीं उन्होंने कहा कि उन्हें झुग्गी झोंपड़ी में रहकर बहुत अच्छा लगा और उन्हें गांव के घर जैसा लग रहा है। पहला तो सर देखो सानू ये चीज़ है ना मजाक जिहा लगा सी भी कोई भी इन्ने उच्चे पद्धर चो आके है ना भी कोई झुग्गी झोंपड़ी आते तो ज़्यादातर तुहानू ही पता है भी कोई नहीं सपोर्ट करता है ना, तो सानू इदां दा मजाक जिहा लगा सी भी जो भी कोई साडे नाल कर रहे ना उन्हां भी एक तरह साडा मजाक जिहा उड़ा रहे आ। ਅਤੇ ਚਲੋ ਇਹਨਾਂ ਨੇ ਸਾਡੇ ਨਾਲ ਕਾਫੀ ਦੀਦੀ ਜੀ ਉਹਨਾਂ ਨਾਲ ਕਾਫੀ ਟਾਈਮ ਗੱਲ ਕੀਤੀ ਇਹਨਾਂ ਨੇ ਮਹਿੰਦਰ ਸਿੰਘ ਜੀ ਨੇ, ਅਤੇ ਉਹਨਾਂ ਤੋਂ ਸਾਨੂੰ ਫਿਰ ਵੀ ਸਾਨੂੰ ਮੈਂ ਇੱਕ ਤਰ੍ਹਾਂ ਦਾ ਮਜ਼ਾਕ ਜਿਹਾ ਲੱਗਦਾ ਸੀ। ਚਲੋ ਹੌਲੀ 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 ਇਹਨਾਂ ਨੇ ਗੱਲ ਕੀਤੀ ਅਤੇ ਜਦੋਂ ਇਹ ਫਿਰ ਕਨੇਡਾ ਤੋਂ ਆਏ ਜੀ, ਕਨੇਡਾ ਤੋਂ ਆ ਕੇ ਸਿੱਧੇ ਇਹਨਾਂ ਨੇ ਏਅਰਪੋਰਟ ਤੋਂ ਆਪਣੇ ਘਰ ਆਏ ਜੀ ਝੁੱਗੀਆਂ ਦੇ ਵਿੱਚ, ਜਿੱਦਾਂ ਕਿ ਅਸੀਂ ਰਹਿ ਰਹੇ ਹਾਂ ਸਾਡੇ ਨਾਲ ਹੀ ਰਹੇ ਆ, ਅਤੇ ਫਿਰ ਸਾਨੂੰ ਵੀ ਚਲੋ ਥੋੜ੍ਹਾ ਜਿਹਾ ਹੌਂਸਲਾ ਹੋ ਗਿਆ ਵੀ ਨਹੀਂ ਵੀ ਸੱਚਾ ਬੰਦਾ ਜੀ। ਸਰ ਬਹੁਤ ਵਧੀਆ ਲੱਗ ਰਿਹਾ ਸਾਨੂੰ, ਸਾਨੂੰ ਤਾਂ ਵੈਸੇ ਹਾਲੇ ਤੱਕ ਵੀ ਯਕੀਨ ਜਿਹਾ ਨਹੀਂ ਹੋ ਰਿਹਾ ਵੀ ਕੋਈ ਕਨੇਡਾ ਤੋਂ ਆ ਕੇ ਵੀ ਇੰਨਾ ਕੁਛ ਕਿਵੇਂ ਕਰ ਸਕਦਾ ਹੈ ਨਾ, ਅਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਸਮਾਂ ਇੱਦਾਂ ਦਾ ਕਿ ਕੋਈ ਆਪਣੇ ਸੱਕੇ ਲਈ ਵੀ ਨਹੀਂ ਕਰਦਾ, ਅਤੇ ਇਹਨਾਂ ਨੇ ਤਾਂ ਫਿਰ ਵੀ ਕਿੱਥੋਂ ਆ ਕੇ ਸਾਡੀ ਹੈਲਪ ਕੀਤੀ ਹੈ ਨਾ ਜੀ। ਅਤੇ ਵੈਸੇ ਬਹੁਤ ਲੋਕ ਇੱਥੇ ਆਪਣੇ ਵੀ ਭਦੌੜ ਦੇ ਵਿੱਚ ਹੀ ਲਾ ਲਓ ਬਹੁਤ ਦੂਰ ਤੱਕ ਹੀ ਜਾਣਾ, ਅਤੇ ਵਧੀਆ ਤੋਂ ਵਧੀਆ ਲੋਕ ਬੈਠੇ ਜਿਹੜੇ ਨਹੀਂ ਕਿਸੇ ਦੀ ਵੀ ਹੈਲਪ ਕਰਨਾ ਚਾਹੁੰਦੇ, ਅਤੇ ਫਿਰ ਵੀ ਕਨੇਡਾ ਤੋਂ ਆ ਕੇ ਇਹਨਾਂ ਨੇ ਸਾਡੀ ਹੈਲਪ ਕੀਤੀ ਜੀ, ਬਹੁਤ ਸ਼ੁਕਰਗੁਜ਼ਾਰ ਇਹਨਾਂ ਦੇ ਜੀ। वहीं इस मामले पर मनजीत कौर के भाई अजय ने बताया कि पहले जब महेंद्र सिंह ने उनकी बहन से शादी करने के लिए कहा था तो पहले उन्हें यकीन नहीं आया और उन्हें लगा कि शायद उनके साथ कोई मजाक कर रहा है, लेकिन अब महेंद्र सिंह ने जब उनकी बहन से शादी कर ली तब जाकर उन्हें यकीन आया है।
आज के युग में जब इंसान पैसे के लिए पागल होता जा रहा है और अपने रिश्ते नातों को तोड़ता जा रहा है, ऐसे समय में महेंद्र सिंह ने मनजीत कौर जैसी एक गरीब लड़की का हाथ थाम कर एक मिसाल कायम की है कि समाज में जात पात, ऊंच नीच, गरीबी अमीरी जैसे शब्द महेंद्र सिंह के लिए मायने नहीं रखते। मैनू ऐदा लगता है कि रब ने कोले खड़ के मेरी सुनी, जिन्हें कहते होंगे लोग कहते ना रब कितने आ रब कितने, पर हम ने देखा भी रब मेरे कोले भी ऐदा अपने समाज में उठन की लोड़ा। बरनाला से परवीन ऋषि की रिपोर्ट, श्री होम न्यूज़।